ਸਾਰਿਆਂ ਨੂੰ ਹੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਹੈਗੀ ਆ ਜੀ ਵਨ ਆਫ ਦਾ ਮੋਸਟ ਰਿਕੁਐਸਟਡ ਵੀਡੀਓ, ਜਿਹਦੇ ਵਿੱਚ ਮੈਨੂੰ ਹਮੇਸ਼ਾ ਕਮੈਂਟਾਂ ਦੇ ਵਿੱਚ ਪੁੱਛਿਆ ਜਾਂਦਾ ਵੀ ਮਸਟੈਂਗ ਦਾ ਪ੍ਰਾਈਸ ਕਿੰਨਾ ਵਾ। ਪ੍ਰਾਈਸ ਜੀ ਡਿਪੈਂਡ ਕਰਦਾ ਵਾ ਜੀ ਤੁਸੀਂ ਮਸਟੈਂਗ ਕੈਸ਼ 'ਤੇ ਲੈਣੀ ਆ, ਲੀਜ਼ 'ਤੇ ਲੈਣੀ ਆ, ਜਾਂ ਫਿਰ ਫਾਈਨੈਂਸ ਕਰਾਉਣੀ ਆ, ਜਾਂ ਫਿਰ ਤੁਸੀਂ ਕਹਿ ਲਓ ਵੀ ਯੂਜ਼ਡ ਕਾਰ ਲੈਣੀ ਆ। ਅੱਜ ਮੈਂ ਤੁਹਾਨੂੰ ਸਾਰਿਆਂ ਦੇ ਪ੍ਰਾਈਸ ਵਗੈਰਾ ਨਾ ਆਪਣੀ ਕਾਰ ਦਾ ਪ੍ਰਾਈਸ ਸਾਰਾ ਕੁਝ ਦੱਸਦਾ, ਪਰ ਆਪਾਂ ਪਹਿਲਾਂ ਬਾਹਰ ਚੱਲਦੇ ਕਿਉਂਕਿ ਅੰਦਰ ਹੋ ਗਿਆ ਹਨੇਰਾ, ਬਾਹਰ ਜਾ ਕੇ ਵੀਡੀਓ ਬਣਾਉਂਦੇ ਹਾਂ। ਕਿਤੇ ਵੀ ਦੁਨੀਆਂ ਦੇ ਵਿੱਚ ਕਾਰ ਦੇ ਮੇਨ ਤਿੰਨ ਖਰਚੇ ਹੁੰਦੇ ਆ। ਪਹਿਲਾ ਹੁੰਦਾ ਵਾ ਜੀ ਕਾਰ ਦੀ ਕਿਸ਼ਤ, ਜਦੋਂ ਤੁਸੀਂ ਕਾਰ ਖਰੀਦਦੇ ਹੋ ਇਹਦੀ ਮਹੀਨੇ ਦੀ ਕਿਸ਼ਤ ਕਿੰਨੀ ਆ। ਜੇ ਹੁੰਦਾ ਹੈਗਾ ਵੀ ਉਹਦਾ ਇੰਸ਼ੋਰੈਂਸ, ਤੇ ਤੀਜਾ ਹੁੰਦਾ ਵੀ ਉਹਦੇ ਵਿੱਚ ਜਿਹੜੀ ਗੈਸ ਮੁਨੀ ਪੈਣੀ ਆ ਤੇ ਉਹਦੀ ਮੇਨਟੇਨੈਂਸ ਦੇ ਉੱਤੇ ਕਿੰਨਾ ਖਰਚਾ ਆਉਂਦਾ ਵਾ। ਇਹ ਵੀਡੀਓ ਵਿੱਚ ਆਪਾਂ ਸਾਰੀਆਂ ਗੱਡੀਆਂ ਦੀ ਗੱਲ ਨਹੀਂ ਕਰਦੇ, ਪਰ ਮੇਰੇ ਵਾਲੀ ਕਾਰ ਦੀ ਗੱਲ ਕਰਦੇ ਆ, ਮਸਟੈਂਗ ਦੀ। ਕੋਈ ਹੋ ਗਿਆ ਕੁਛ ਬ੍ਰੈਂਟਨ ਚ ਭਾਣਾ ਵਰਤ ਗਿਆ, ਵਾਹਿਗੁਰੂ ਜੀ ਸੁੱਖ ਰੱਖੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਇੰਸ਼ੋਰੈਂਸ ਦੀ, ਤਾਂ ਜਦੋਂ ਮੈਂ ਕਾਰ ਲਈ ਆ ਬ੍ਰੈਂਪਟਨ ਦੇ ਵਿੱਚ, ਮੇਰੀ ਇੰਸ਼ੋਰੈਂਸ $400 ਦੀ ਹੋਈ ਸੀ, ਜਿਸ ਜਾਰਡੀਅਨ ਕਰਕੇ ਕੰਪਨੀ ਆ। ਮੈਂ ਬਹੁਤ ਕੰਪਨੀਆਂ ਤੋਂ ਕੋਟ ਲਿਆ, ਕੋਈ 550 ਕਹਿੰਦਾ ਸੀ, ਕੋਈ 500 ਕਹਿੰਦਾ ਸੀ, ਇੱਥੋਂ ਤੱਕ ਕਿ 600 ਇੰਸ਼ੋਰੈਂਸ ਉਰੇ ਮੁੰਡਿਆਂ ਨੂੰ ਜਿਹੜੇ ਕੋਟ ਲੈਂਦੇ ਆ ਉਹਨਾਂ ਨੂੰ ਕਹਿ ਦਿੰਦੇ ਆ ਜਿਹੜੇ ਨਵੇਂ ਆਉਂਦੇ ਆ। ਤਾਂ ਮੇਰੀ 400 ਦੀ ਇੰਸ਼ੋਰੈਂਸ ਹੋਈ ਸੀ, ਟੂ ਬੀ ਐਗਜੈਕਟ $392 ਦੀ, ਉਹ ਘੱਟ ਕੇ ਰਹਿ ਗਈ $330 ਦੀ। ਠੰਡ ਵਾਲੀ ਆ, $330 ਦੀ ਰਹਿ ਗਈ ਜੀ, ਉਹ ਘੱਟ ਕੇ ਹੁਣ ਉਹ $303 ਦੀ ਰਹਿ ਗਈ। ਇੱਕ ਸਾਲ ਦੇ ਵਿੱਚ ਮੇਰੀ ਯਾਨੀ ਇੰਸ਼ੋਰੈਂਸ ਇੰਨੀ ਘੱਟ ਗਈ, ਏਜ ਫੈਕਟਰ ਵੀ ਪੈ ਗਿਆ, ਮੇਰਾ ਕੋਈ ਐਕਸੀਡੈਂਟ ਵੀ ਨਹੀਂ ਹੋਇਆ। ਜੇ ਬੰਦੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਉਹ ਕਲੇਮ ਕਰਦਾ ਵਾ ਤਾਂ ਉਹਦੇ ਨਾਲ ਇੰਸ਼ੋਰੈਂਸ ਫੈਕਟਰ ਆ, ਉਹ ਤੁਹਾਡਾ ਵਾਧਾ ਰਹਿੰਦਾ ਵਾ। ਹੁਣ ਜਿਹੜੀਆਂ ਬਾਕੀ ਪ੍ਰੋਵਿੰਸਸ ਨੇ, ਜਿੱਦਾਂ ਕਿਬੈਕ ਹੋ ਗਈ, ਉੱਥੇ $60-100, ਮੋਂਟਰੀਅਲ ਉੱਥੇ ਇੰਸ਼ੋਰੈਂਸ ਬਹੁਤ ਜ਼ਿਆਦਾ ਘੱਟ ਆ। ਵੈਨਕੂਵਰ 'ਚ ਕਹਿੰਦਾ, ਵੈਨਕੂਵਰ ਵਾਲੀ ਸਾਈਡ BC ਦੇ ਵਿੱਚ ਇੰਸ਼ੋਰੈਂਸ ਘੱਟ ਆ, ਪਰ ਅੰਟਾਰੀਓ ਦਾ ਜਿੱਥੇ ਆਪਾਂ ਰਹਿੰਦੇ ਹਾਂ, ਬ੍ਰੈਂਪਟਨ ਦਾ ਇੰਸ਼ੋਰੈਂਸ ਗੱਡੀਆਂ ਦਾ ਪੂਰੇ ਆਲ ਓਵਰ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਵਾ। ਈਵਨ ਟੋਰਾਂਟੋ ਤੋਂ ਵੀ ਜ਼ਿਆਦਾ ਇੰਸ਼ੋਰੈਂਸ ਬ੍ਰੈਂਪਟਨ ਦੇ ਵਿੱਚ ਕਾਰਾਂ ਦਾ ਵਾ, ਉਹ ਤੁਹਾਨੂੰ ਪਤਾ ਹੀ ਆ ਕਾਹਤੇ ਆ। ਦੂਜਾ ਗਿਆ ਜੀ ਗੈਸ ਮਨੀ, ਹੈ ਨਾ, ਅਤੇ ਮੇਨਟੇਨੈਂਸ ਦਾ। ਹਾਲੇ ਤੱਕ ਮੈਨੂੰ ਇੱਕ ਵਾਰੀ ਮੇਨਟੇਨੈਂਸ ਕਰਾਉਣ ਦੀ ਲੋੜ ਪਈ ਆ, ਤੇਲ ਤੂਲ ਚੇਂਜ ਕਰਾ ਕੇ ਆਈ ਥਿੰਕ $150-200 ਹੀ ਲੱਗਿਆ ਸੀਗਾ, ਤਾਂ ਮੇਨਟੇਨੈਂਸ ਦਾ ਕੋਈ ਹਾਲੇ ਤੱਕ ਤਾਂ ਬਾਹਲਾ ਖਰਚਾ ਨਹੀਂ ਹੋਇਆ। ਜੇ ਗੈਸ ਦੀ ਗੱਲ ਕਰਾਂ ਤਾਂ ਜਿੰਨੀ ਕੁ ਮੈਂ ਗੱਡੀ ਚਲਾਉਂਦਾ ਵਾ ਉਹਦੇ ਵਿੱਚ $250 ਤੋਂ $300 ਦੀ ਗੈਸ ਲੱਗ ਜਾਂਦੀ ਆ। ਮਸਟੈਂਗ ਦੀ ਸਿਟੀ ਦੀ ਐਵਰੇਜ 7-8 ਦੀ ਮਿਲਦੀ ਆ, ਕਈ ਵਾਰ 7 ਤੋਂ ਵੀ ਘੱਟ ਹੁੰਦੀ ਆ। ਜੇ ਮੈਂ ਬਾਹਰ ਜਾਵਾਂ ਕਿਤੇ ਲੰਬੇ ਰੂਟ 'ਤੇ ਜਾਵਾਂ ਤਾਂ ਮੈਨੂੰ 13-14 ਦੀ ਐਵਰੇਜ ਮਿਲ ਜਾਂਦੀ ਆ। ਤਾਂ ਹੁਣ ਜੀ ਗੈਸ ਮਨੀ ਆਈ ਡਿਪੈਂਡ ਕਰਦੀ ਆ ਵੀ ਤੁਸੀਂ ਕਿੰਨੇ ਕੁ ਗੱਡੀ ਚਲਾਉਂਦੇ ਹੋ, ਨਾ ਤੁਹਾਡੀ ਗੱਡੀ ਕਿਹੜੀ ਆ। ਹੁਣ ਕਈ ਗੱਡੀਆਂ ਸਿਟੀ ਦੇ ਵਿੱਚ ਹੀ 12-13 ਦੀ ਐਵਰੇਜ ਦੇਈ ਜਾਂਦੀਆਂ ਨੇ, 10 ਦੀ ਐਵਰੇਜ ਦੇਈ ਜਾਂਦੀਆਂ ਨੇ, ਮਸਟੈਂਗ ਥੋੜ੍ਹੀ ਘੱਟ ਦਿੰਦੀ ਆ ਐਵਰੇਜ ਇਹ। ਉਹ ਤੋਂ ਬਾਅਦ ਗੱਲ ਕਰਦੇ ਜੀ ਪ੍ਰਾਈਸ ਦੀ, ਤਾਂ ਮੇਰੀ ਗੱਡੀ 1 ਸਾਲ ਪੁਰਾਣੀ ਸੀਗੀ ਆਲਮੋਸਟ, ਠੀਕ ਆ, 2017 ਮਾਡਲ ਆ ਇਹ, ਅਤੇ ਜਦੋਂ ਮੈਂ ਲਈ ਸੀ ਮੇਰਾ ਓਵਰਆਲ ਖਰਚਾ ਗੱਡੀ ਨੂੰ ਲੈਣ ਦੇ ਵਿੱਚ। ਇਹ ਪ੍ਰੀਮੀਅਮ ਮਾਡਲ ਆ, ਲੈਦਰ ਸੀਟਸ ਨੇ, ਸਾਰਾ ਕੁਝ ਸੋਹਣਾ, ਗੱਡੀ ਦੀ ਕੰਡੀਸ਼ਨ ਪੂਰੀ ਸੋਹਣੀ ਆ, ਅਤੇ ਚੱਲੀ ਉਦੋਂ ਆਈ ਥਿੰਕ 40,000-50,000 ਇੰਨੀ ਕੁ ਰਾਊਂਡ ਚੱਲੀ ਹੋਈ ਸੀਗੀ। ਤਾਂ ਮੈਨੂੰ ਓਵਰਆਲ $30,000 ਦੀ ਗੱਡੀ ਪਈ ਸੀਗੀ, ਇਨਕਲੂਡਿੰਗ ਮੇਰੀਆਂ ਜਿਹੜੀਆਂ ਦਿਲ ਹੁਸਨ ਵਾਲੀਆਂ ਪਲੇਟਾਂ ਨੇ, ਇਨਕਲੂਡਿੰਗ ਉਹਦੇ ਸਮੇਂ ਤਾਂ $30,000 ਦਾ ਖਰਚਾ ਸੀਗਾ। ਪਰ ਜੇ ਤੁਸੀਂ ਨਵੀਂ ਮਸਟੈਂਗ ਲੈਣੀ ਆ ਮੰਨ ਲਓ, ਹੈ ਨਾ, ਅਤੇ ਫਾਈਨੈਂਸ 'ਤੇ ਲੈਣੀ ਆ, ਤਾਂ ਫਾਈਨੈਂਸ ਵੀ ਦੇਖੋ ਤੁਹਾਨੂੰ 4% 'ਤੇ ਮਿਲ ਰਹੀ ਆ, 5% 'ਤੇ ਮਿਲ ਰਹੀ ਆ, ਜਾਂ 6% 'ਤੇ ਤੁਹਾਡੀ ਕੋਈ ਗੱਡੀ ਫਾਈਨੈਂਸ ਕਰ ਰਿਹਾ, ਉਹਦੇ ਨਾਲ ਗੱਡੀ ਦੀ ਪ੍ਰਾਈਸ ਦੇ ਉੱਤੇ ਬਹੁਤ ਫਰਕ ਪੈ ਜਾਂਦਾ ਵਾ, ਇੰਸਟਾਲਮੈਂਟਸ ਦੇ ਉੱਤੇ ਬਹੁਤ ਫਰਕ ਪੈ ਜਾਂਦਾ ਵਾ। ਉੱਪਰੋਂ ਜੀ ਤੁਸੀਂ ਇੰਸਟਾਲਮੈਂਟ ਕਿੰਨੇ ਸਾਲ ਦੀ ਕਰਾ ਰਹੇ ਹੋ, 4 ਸਾਲ ਦੀ ਕਰਾ ਰਹੇ ਹੋ, 6 ਸਾਲ ਦੀ ਕਰਾ ਰਹੇ ਹੋ, 9 ਸਾਲ ਦੀ ਕਰਾ ਰਹੇ ਹੋ, ਨਾ ਔਨ ਐਵਰੇਜ ਤੁਸੀਂ ਲਾ ਲਓ ਵੀ ਜੇ ਤੁਸੀਂ ਮਸਟੈਂਗ ਗੱਡੀ ਲੈਣੀ ਆ ਕੈਨੇਡਾ ਦੇ ਵਿੱਚ, ਤਾਂ ਇਹਦੀ ਇੰਸਟਾਲਮੈਂਟ $500-600 ਮਹੀਨਾ ਹੋਊਗੀ। ਹੁਣ ਜਿਵੇਂ ਗੱਗੂ ਵਾਲੀ ਜੀਪ ਦੀ ਵੀ $600 ਤੋਂ ਉੱਪਰ ਹੀ ਆ, ਹੈ ਨਾ, ਉਹ ਵੀ 60,000 ਇੰਨੇ ਕੁ ਦੀ ਰੇਂਜ 'ਚ ਪੈ ਜਾਂਦੀ ਹੈ ਇੱਕ ਤਰੀਕੇ ਦੀ। ਅਤੇ ਆਪਣੇ ਵਾਲੀ ਗੱਡੀ ਵੀ ਲਾ ਲਓ ਵੀ 40,000-45,000 ਦੀ ਆ, ਮਸਟੈਂਗ ਨਵੀਂ ਲੈਣੀ ਆ ਤੁਸੀਂ, 42,000 'ਚ ਤੋਂ 50,000 ਦੇ ਵਿੱਚ ਪੈ ਜਾਂਦੀ ਹੈ, ਤਾਂ ਉਹਦੀ ਕਿਸ਼ਤ ਲਾ ਲਓ ਵੀ ਤੁਸੀਂ $500 ਪਲੱਸ ਹੀ ਪੈ ਜਾਂਦੀ ਹੈ। ਜੇ ਫਾਈਨੈਂਸ 'ਤੇ ਲੈਣੀ ਹੈ 6% 6% 'ਤੇ, ਤਾਂ ਤੁਹਾਡੀ $600 ਕਿਸ਼ਤ ਪੈ ਜਾਂਦੀ ਹੈ। ਸੋ ਬਾਹਰ ਬਾਹਲੀ ਜ਼ਿਆਦਾ ਠੰਡ ਸੀਗੀ ਜੀ, ਅੰਦਰ ਆ ਗਏ ਆਪਾਂ। ਗੱਡੀ ਦਾ ਇੱਦਾਂ ਜੀ, ਤਾਂ ਮੈਂ ਕਹਿੰਦਾ ਜਦੋਂ ਤੁਸੀਂ ਸਟੂਡੈਂਟ ਐਜ਼ ਆ ਆਉਂਦੇ ਹੋ ਤਾਂ ਗੱਡੀ ਬਾਰੇ ਤੁਹਾਡਾ ਆਪਦਾ ਡਿਸੀਜ਼ਨ ਆ, ਹੈ ਨਾ, ਇਹਦੇ ਆਪਣੇ ਆ ਫਾਇਦੇ ਵੀ ਨੇ, ਨੁਕਸਾਨ ਵੀ ਨੇ, ਖਰਚਾ ਵੀ ਕਾਫੀ ਆ। ਪਰ ਹੁਣ ਗੱਡੀ ਨਾਲ ਕਈ ਜੋਬਾਂ ਵੀ ਮਿਲ ਜਾਂਦੀਆਂ, ਜਿਵੇਂ ਊਬਰ ਈਟਸ ਵਗੈਰਾ ਹੋ ਗਈ, ਹੈ ਨਾ, ਤੁਸੀਂ ਊਬਰ ਕਰ ਸਕਦੇ ਹੋ, ਬਹੁਤ ਤਰੀਕੇ ਦੀਆਂ ਜੋਬਾਂ ਵੀ ਨੇ, ਫਾਇਦੇ ਵੀ ਨੇ, ਨੁਕਸਾਨ ਵੀ ਨੇ। ਨੁਕਸਾਨ ਇਹ ਆ ਵੀ ਖਰਚਾ ਨਹੀਂ, ਪਰ ਫਾਇਦਾ ਇਹ ਵੀ ਠੰਡ ਤੋਂ ਬਚਾ ਦਿੰਦੀ ਆ। ਹੁਣ ਜਿਵੇਂ ਅਸੀਂ ਅੰਦਰ ਬੈਠੇ ਹਾਂ, ਜ਼ਰੂਰੀ ਨਹੀਂ ਵੀ ਬੰਦੇ ਨੇ ਮਹਿੰਗੀ ਗੱਡੀ ਲੈਣੀ ਆ, ਆਪਣੀ ਐਨ ਆਉਂਦੇ ਕੋਈ ਹੋਰ ਜੀ ਵੀ $200-300 'ਤੇ ਵੀ ਇੰਸਟਾਲਮੈਂਟ 'ਤੇ ਗੱਡੀਆਂ ਵਧੀਆ ਮਿਲ ਜਾਂਦੀਆਂ ਨੇ। ਬਾਕੀ ਐਕਸਪੀਰੀਅੰਸ ਆ, ਮਹਿੰਗੀ ਗੱਡੀ ਦਾ ਆਪਦਾ ਐਕਸਪੀਰੀਅੰਸ ਆ ਨਾ, ਆਪਾਂ ਇਹਨੂੰ ਵੀ ਨਹੀਂ ਮਾੜਾ ਕਹਿ ਸਕਦੇ, ਉਹ ਚੀਜ਼ ਨੂੰ ਵੀ ਨਹੀਂ ਮਾੜਾ ਕਹਿ ਸਕਦੇ। ਸੋ ਜਿਨ੍ਹਾਂ ਨੇ ਨਹੀਂ ਗੱਡੀ ਲਾਣੀ ਹੈਗੀ ਐਜ਼ ਆ ਸਟੂਡੈਂਟ ਆਏ ਨੇ, ਉਹਨਾਂ ਵਾਸਤੇ ਅੱਜ ਮੈਂ ਇੱਕ ਐਪ ਦੱਸ ਰਿਹਾ ਵਾ। ਐਪ ਦਾ ਨਾਮ ਹੈਗਾ ਜੀ ਕਾਲਜ ਕਾਰਪੂਲ। ਆਪਾਂ ਲਾਈਟ ਵੀ ਔਨ ਕਰ ਲਿਆ ਅਤੇ ਕੈਮਰੇ ਦੀ ਬੈਟਰੀ ਵੀ ਮੁੱਕਣ ਵਾਲੀ ਆ। ਕਾਲਜ ਕਾਰਪੂਲ ਐਪ ਜੀ ਇੱਕ ਖਜੀਜੀ ਦੀ ਤਰ੍ਹਾਂ ਇੱਕ ਐਪ ਆ, ਇੱਕ ਰਾਈਡ ਜਿੱਦਾਂ ਸ਼ੇਅਰ ਕਰਨੀ ਆ
ਉਹਦੀ ਐਪ ਆ ਇਹਦੇ ਵਿੱਚ ਦੋਨਾਂ ਨੂੰ ਫਾਇਦਾ ਹੁੰਦਾ ਵਾ ਇੱਕ ਤਾਂ ਜਿਹੜੇ ਸਟੂਡੈਂਟ ਜਾਂ ਜਿਹੜੇ ਬੰਦੇ ਨੇ ਗੱਡੀ ਲਈ ਹੋਈ ਹੈ ਨਾ ਉਹਦੇ ਆਪਣੇ ਸਾਰੇ ਖਰਚੇ ਨਿਕਲ ਜਾਂਦੇ ਆ ਉਹ ਆਪਣੀ ਕਿਸ਼ਤ ਦਾ ਖਰਚਾ ਕਰ ਸਕਦਾ ਗੈਸ ਦਾ ਖਰਚਾ ਕੱਢ ਸਕਦਾ ਅਤੇ ਦੂਜੇ ਪਾਸੇ ਸਟੂਡੈਂਟ ਨੂੰ ਫਾਇਦਾ ਹੋ ਜਾਂਦਾ ਵੀ ਉਹਨੂੰ ਇੱਕ ਉਬਰ ਲਾਈਕ ਐਕਸਪੀਰੀਅੰਸ ਮਿਲ ਜਾਂਦਾ ਬੱਸਾਂ 'ਚ ਬਹਿ ਕੇ ਸੋਰੀ ਮੈਂ ਆਪਣੀ ਵਰਡਿੰਗ ਬੱਸਾਂ 'ਚ ਬਹਿ ਕੇ ਜਾਣਾ ਪੈਂਦਾ ਕਿ ਤੁਹਾਨੂੰ ਬੰਦਾ ਘਰੋਂ ਪਿੱਕ ਕਰਦਾ ਤੁਹਾਡੇ ਕਾਲਜ 'ਤੇ ਲਾਉਂਦਾ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਬ੍ਰੈਂਪਟਨ 'ਚ ਕਿੰਨੇ ਸਟੂਡੈਂਟ ਰਹਿੰਦੇ ਨੇ ਜਿਹੜੇ ਮੌਂਟਰੀਅਲ ਪੜ੍ਹਦੇ ਨੇ ਵਿੰਡਸਰ ਪੜ੍ਹਦੇ ਨੇ ਹੈ ਨਾ ਇੱਦਾਂ ਹੀ ਜਿਹੜੇ ਕਿਚਨਰ ਪੜ੍ਹਦੇ ਉਹ ਕਿਤੇ ਹੋਰ ਰਹਿੰਦੇ ਨੇ ਤਾਂ ਇਹ ਐਪ ਡਿਵੈਲਪ ਕਾਹਤੇ ਕੀਤੀ ਗਈ ਆ ਵੀ ਜਿਹੜੇ ਇੱਦਾਂ ਦੇ ਸਟੂਡੈਂਟਸ ਨੇ ਨਾ ਜਿਹੜੇ ਆਪਣੇ ਕਾਲਜ ਜਾਂ ਆਪਣੇ ਕੰਮ ਤੋਂ ਦੂਰ ਰਹਿੰਦੇ ਨੇ ਉਹ ਐਪ 'ਤੇ ਆਓ ਆਪਣਾ ਸਾਈਨ ਇਨ ਬਣਾਓ ਇਹ ਐਪ ਦੇ ਉੱਤੋਂ ਲੋਕ ਵੀ ਜਿਹੜੇ ਜਿਹਨਾਂ ਕੋਲ ਗੱਡੀਆਂ ਨੇ ਉਹ ਪਹੁੰਚਗੇ ਵੀ ਮੈਂ ਬ੍ਰੈਂਪਟਨ ਤੋਂ ਮੌਂਟਰੀਅਲ ਚੱਲਿਆ ਵਾਂ ਹੁਣ ਵੀ ਇਹ ਚੀਜ਼ ਖਰੀਜੀ 'ਤੇ ਹੋ ਰਹੀ ਆ ਜਿਹਦੇ ਨਾਲ ਬੰਦਿਆਂ ਦਾ ਬਹੁਤ ਟਾਈਮ ਵੇਸਟ ਹੁੰਦਾ ਵਾ ਕਮਿਊਨੀਕੇਟ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ ਕੋਈ ਰਿਸਪੋਂਸ ਨਹੀਂ ਹੁੰਦਾ ਪਰ ਇਹਦੇ ਲਈ ਇੱਕ ਸਪੈਸੀਫਿਕ ਐਪ ਤਿਆਰ ਕੀਤੀ ਗਈ ਆ ਜਿਹੜੇ ਕੌਨਸਟੋਗਾ ਕਾਲਜ ਜਿਵੇਂ ਕਿਚਨਰ ਪੜ੍ਹਦੇ ਨੇ ਮੌਂਟਰੀਅਲ ਪੜ੍ਹਦੇ ਨੇ ਕਿਤੇ ਵੀ ਪੜ੍ਹਦੇ ਨੇ ਨਾ ਕਈ ਵਾਰ ਪੇਪਰ ਵਾਸਤੇ ਲੇਟ ਹੋ ਜਾਂਦੇ ਆ ਕਈ ਵਾਰੀ ਆਪਣੇ ਇੰਟਰਵਿਊ ਵਾਸਤੇ ਲੇਟ ਹੋ ਜਾਂਦੇ ਉਹ ਇਹ ਐਪ 'ਤੇ ਆਓ ਇਹਨੂੰ ਡਾਊਨਲੋਡ ਕਰੋ ਇਹਦਾ ਲਿੰਕ ਥੱਲੇ ਪਿਆ ਵਾ ਦੇਖੋ ਮੇਰਾ ਗਲਾ ਵੀ ਖਰਾਬ ਹੋ ਗਿਆ ਇੰਨੀ ਠੰਡ ਦੇ ਵਿੱਚ ਰਹਿ ਕੇ ਅਤੇ ਐਪ ਦਾ ਫਾਇਦਾ ਕੀ ਹੋਊਗਾ ਵੀ ਜਿਹੜਾ ਡਰਾਈਵਰ ਆ ਹੈ ਨਾ ਜਿਹਦੀ ਕਾਰ ਆ ਉਹਨੇ ਓਨਰ ਨੇ ਵੀ ਪਾ ਦੇਣਾ ਵੀ ਮੈਂ ਜੀ ਉਰੋ ਤੋਂ ਉਰੋ ਚੱਲਿਆ ਵਾਂ ਤੁਸੀਂ ਜਾਓ ਐਪ ਦੇ ਵਿੱਚ ਉਹਨੂੰ ਕਹੋ ਉਹਨੂੰ ਤੁਸੀਂ ਕਾਲ ਕਰ ਸਕਦੇ ਆਪਸ਼ਨ ਮੈਂ ਤੁਹਾਨੂੰ ਸਾਰੀ ਐਪ ਇਸ ਤੋਂ ਬਾਅਦ ਦੱਸਦਾ ਇਹ ਮੈਂ ਤੁਹਾਨੂੰ ਸਿਰਫ ਉਹਦਾ ਓਵਰਆਲ ਦੱਸ ਰਿਹਾ ਵੀ ਇਹਦੀ ਲੋੜ ਕਿਉਂ ਪਈ ਤਾਂ ਤੁਸੀਂ ਉਹਨੂੰ ਕਾਲ ਕਰੋ ਆਪਣੀ ਰਾਈਡ ਬੁੱਕ ਕਰੋ ਇੰਨੀ ਵਧੀਆ ਰਾਈਡ ਤੁਹਾਨੂੰ ਇੱਕ ਤਾਂ ਗੋ ਬੱਸਾਂ ਨਾਲੋਂ ਵੀ ਸਸਤੀ ਪੈ ਜਾਂਦੀਆਂ ਨੇ ਜਿਹੜੀਆਂ ਰਾਈਡਾਂ ਨੇ ਜਿਵੇਂ ਬੱਸ ਜਾਏਂਗੇ ਮੌਂਟਰੀਅਲ ਨੂੰ ਤਾਂ ਵੱਧ ਪੈਸੇ ਆ ਅਤੇ ਤੰਗੀ ਵੀ ਆ ਦੋ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਨੇ ਪਹਿਲਾਂ ਬੱਸ ਲੈਣ ਲਈ ਜਾਣਾ ਪੈਂਦਾ ਪਰ ਹੁਣ ਜਿਹੜੀਆਂ ਉਰੋ ਗੱਡੀਆਂ ਜਾਂਦੀਆਂ ਨੇ ਸਿੱਧੀਆਂ ਉਹਦਾ ਇੱਦਾਂ ਵਾ ਵੀ ਤੁਸੀਂ$30 ਦਿਓ ਤੁਹਾਡੀ ਰਾਈਡ ਆ $35 ਦਿਓ ਰਾਈਡ ਆ ਜੇ ਕੌਨਸਟੋਗਾ ਜਾਣਾ ਤਾਂ $15 ਦਿਓ ਰਾਈਡ ਆ ਤਾਂ ਇਹ ਐਪ ਨਾਲ ਹੁਣ ਜਿਹੜੀਆਂ ਤੁਹਾਨੂੰ ਕਾਰਾਂ ਮਿਲਣੀਆਂ ਜਾਂ ਕੁਛ ਵੀ ਇੱਕ ਤਾਂ ਤੁਹਾਡਾ ਹੈ ਨਾ ਜਿਹੜਾ ਪਬਲਿਕ ਟਰਾਂਸਿਟ ਆ ਉਹਦੇ ਨਾਲ ਉਹ ਕਿੰਨਾ ਜ਼ਿਆਦਾ ਕਨਵੀਨੀਅੰਟ ਆ ਉਹਦੇ ਨਾਲ ਉਹ ਕਿੰਨਾ ਜ਼ਿਆਦਾ ਫਾਸਟ ਆ ਪ੍ਰਾਈਸ ਵੀ ਆਲਸੋ ਘੱਟ ਆ ਤੁਹਾਨੂੰ ਘਰੋਂ ਸਿੱਧਾ ਪਿੱਕ ਕਰਨਾ ਸਿੱਧਾ ਡਰੋਪ ਕਰਕੇ ਆਉਣਾ ਇਹ ਕੰਮ ਹੋਰ ਤਰੀਕੇ ਨਾਲ ਵੀ ਹੋ ਰਿਹਾ ਵਾ ਇੱਕ ਤਾਂ ਚਲੋ ਖਜੀਜੀ ਹੋ ਗਈ ਇੱਦਾਂ ਦੀ ਹੈ ਨਾ ਵੈਬਸਾਈਟਾਂ ਹੋ ਗਈਆਂ ਜਿਹਨਾਂ ਉੱਤੇ ਪ੍ਰੋਪਰ ਕਈ ਵਾਰ ਕਮਿਊਨੀਕੇਟ ਨਹੀਂ ਹੁੰਦਾ ਹੈਗਾ ਤੁਸੀਂ ਕਈ ਵਾਰ ਆਪਣੇ ਆੜੀ ਨੂੰ ਕਹਿੰਦੇ ਆ ਵੀ ਯਾਰ ਮੇਰੇ ਵਾਸਤੇ ਰਾਈਡ ਲੱਭ ਦੀ ਉਹ ਵੀ ਵਿਚਾਰਾ ਐਪ ਥਰੂ ਜਾਂਦਾ ਇਦੋਂ ਵਧੀਆ ਤੁਸੀਂ ਸਿੱਧਾ ਆਹ ਐਪਲੀਕੇਸ਼ਨ ਇੰਸਟਾਲ ਕਰੋ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਆਪਣਾ ਸਿੱਧਾ ਤੁਸੀਂ ਬੁੱਕ ਕਰ ਸਕਦੇ ਹੋ ਜੇ ਤੁਸੀਂ ਤੁਹਾਡੇ ਕੋਲ ਕਾਰ ਆ ਤੁਸੀਂ ਇਹਦੇ ਵਿੱਚ ਆਪਣੀ ਪ੍ਰੋਫਾਈਲ ਬਣਾਓ ਵੀ ਮੈਂ ਉਰੋ ਤੋਂ ਉਰੋ ਚੱਲਿਆ ਵਾ ਮੇਰੇ ਕੋਲ 4 ਸੀਟਾਂ ਅਵੇਲੇਬਲ ਨੇ ਤੇ ਇਹ ਕੰਮ ਵਟਸਐਪ ਗਰੁੱਪਾਂ ਵਿੱਚ ਵੀ ਹੋ ਰਿਹਾ ਪਰ ਉਹਦੀ ਵੀ ਇੱਕ ਲਿਮਿਟ ਆ 256 ਮੈਂਬਰ ਆਪਾਂ ਕੁਝ ਐਡ ਕਰ ਸਕਦੇ ਹੋ ਨਾ ਵਟਸਐਪ ਗਰੁੱਪ ਦੇ ਵਿੱਚ ਕਈ ਵਾਰੀ 256 ਦੇ ਵਿੱਚ ਜਗ੍ਹਾ ਨਹੀਂ ਮਿਲਦੀ ਤਾਂ ਜ਼ਰੂਰ ਇਹ ਐਪ ਡਾਊਨਲੋਡ ਕਰੋ ਇਹਦਾ ਤੁਹਾਨੂੰ ਬਹੁਤ ਬੈਨੀਫਿਟ ਹੋਊਗਾ ਬਾਕੀ ਮੈਂ ਤੁਹਾਨੂੰ ਐਪ ਸਾਰਾ ਖੋਲ੍ਹ ਕੇ ਦਿਖਾ ਦਿੰਦਾ ਵੀ ਕਿੱਦਾਂ ਕਿੱਦਾਂ ਕੰਮ ਕਰਦਾ ਕਿਹੜੀ ਕਿਹੜੀ ਕੈਟੇਗਰੀ ਆ ਨਾਇਗਰਾ ਸਾਰੇ ਕਾਲਜ ਦੇ ਇਹਦੇ ਵਿੱਚ ਕਵਰ ਕੀਤੇ ਗਏ ਨੇ ਸ਼ੁਰੂ ਕਰਦੇ ਹਾਂ ਜੀ ਸੋ ਇਹ ਐਪ ਦਾ ਨਾਮ ਹੈਗਾ ਵਾ ਕਾਲਜ ਕਾਰਪੂਲ ਇਹ ਐਂਡਰੋਇਡ ਦੇ ਵਿੱਚ ਵੀ ਹੈਗੀ ਆ ਐਂਡਰੋਇਡ ਸਟੋਰ ਦੇ ਵਿੱਚ ਅਤੇ ਆਪਣਾ ਐਪਲ ਪਲੇ ਸਟੋਰ ਦੇ ਵਿੱਚ ਵੀ ਹੈਗੇ ਆਪਾਂ ਐਪ ਨੂੰ ਓਪਨ ਕਰ ਲੈਂਦੇ ਹਾਂ ਇੱਕ ਰਾਈਡ ਸ਼ੇਅਰ ਐਪ ਆ ਇਹਦੇ ਰਾਹੀਂ ਤੁਸੀਂ ਆਪਣਾ ਬੁੱਕ ਕਰ ਸਕਦੇ ਹੋ ਮੇਨ ਤੁਹਾਨੂੰ ਜਦੋਂ ਖੋਲ੍ਹਦੇ ਸਾਰ 5 ਆਪਸ਼ਨ ਆਉਂਦੇ ਆ ਸੁਜੈਸ਼ਨ ਜਿਹਦੇ ਵਿੱਚ ਤੁਸੀਂ ਸੁਜੈਸਟ ਕਰ ਸਕਦੇ ਹੋ ਵੀ ਐਪ ਦੇ ਵਿੱਚ ਕੀ ਕਮੀਆਂ ਜਾਂ ਕੁਛ ਵੀ ਹੈ ਨਾ ਤੁਸੀਂ ਐਪ ਨੂੰ ਸ਼ੇਅਰ ਕਰ ਸਕਦੇ ਹੋ ਆਹ ਐਪ ਚਲਾਉਣ ਦਾ ਤਰੀਕਾ ਦੱਸਿਆ ਹੋਇਆ ਐਪ ਟਿਊਟੋਰੀਅਲ ਕਿੱਦਾਂ ਦਾ ਵਾ ਅਤੇ ਆਪਾਂ ਰਾਈਡ ਐਡਸ ਆਪਾਂ ਸਭ ਤੋਂ ਪਹਿਲਾਂ ਜਿਹੜਾ ਵੀ ਯੂਜ਼ਰ ਇਹ ਐਪ ਨੂੰ ਡਾਊਨਲੋਡ ਕਰਦਾ ਆਹ ਆਪਸ਼ਨ ਕਲਿੱਕ ਕਰਨਾ ਵਾ ਰਾਈਡ ਐਡਸ ਕਲਿੱਕ ਕਰਤਾ ਤਾਂ ਮੇਨ ਆਪਾਂ ਨੂੰ ਦੋ ਕੈਟੇਗਰੀਆਂ ਆਉਂਦੀਆਂ ਨੇ ਨੀਡ ਰਾਈਡ ਰਾਈਡ ਅਵੇਲੇਬਲ ਹੁਣ ਜੇ ਤਾਂ ਤੁਹਾਨੂੰ ਰਾਈਡ ਚਾਹੀਦੀ ਆ ਤੁਸੀਂ ਸਟੂਡੈਂਟ ਹੋ ਜਾਂ ਕਿਤੇ ਜਾਣਾ ਵਾ ਹੈ ਨਾ ਤੁਸੀਂ ਮੌਂਟਰੀਅਲ ਜਾਣਾ ਬ੍ਰੈਂਪਟਨ ਤੋਂ ਤਾਂ ਤੁਹਾਨੂੰ ਇਹ ਆਪਸ਼ਨ ਸਿਲੈਕਟ ਕਰਨਾ ਪੈਣਾ ਨੀਡ ਆ ਰਾਈਡ ਅਤੇ ਜੇ ਤੁਸੀਂ ਡਰਾਈਵਰ ਹੋ ਅਤੇ ਤੁਹਾਡੇ ਕੋਲ ਕਾਰ ਹੈਗੀ ਆ ਤਾਂ ਤੁਸੀਂ ਆ ਰਾਈਡ ਅਵੇਲੇਬਲ ਵਾਲਾ ਆਪਸ਼ਨ ਸਿਲੈਕਟ ਕਰ ਲਓ ਵੀ ਅੱਛਾ ਰਾਈਡ ਅਵੇਲੇਬਲ ਆ ਤਾਂ ਮੈਂ ਪਾ ਦਿੰਦਾ ਵੀ ਮੈਂ ਅੱਜ ਮੰਨ ਲਓ ਮੌਂਟਰੀਅਲ ਜਾਣਾ ਤਾਂ ਮੈਂ ਰਾਈਡ ਅਵੇਲੇਬਲ ਵਾਲਾ ਆਪਸ਼ਨ ਸਿਲੈਕਟ ਕਰੂੰਗਾ ਅਤੇ ਇਹਦੇ ਵਿੱਚ ਅੱਗੇ ਕੈਟੇਗਰੀਜ਼ ਵੰਡੀਆਂ ਹੋਈਆਂ ਨੇ ਹੈਮਿਲਟਨ ਕਾਰਪੂਲ ਕਿਚਨਰ ਵਾਟਰਲੂ ਕਾਰਪੂਲ ਲੰਡਨ ਕਾਰਪੂਲ ਮਿਸੀਸਾਗਾ ਰੀਜਨ ਹੈ ਨਾ ਆਹ ਇੰਟਰਾ ਸਿਟੀ ਕਾਰਪੂਲ ਆ ਮਤਲਬ ਸਿਟੀ ਦੇ ਅੰਡਰ ਜਿਹੜੇ ਮਿਸੀਸਾਗਾ ਦੇ ਰੀਜਨ ਦੇ ਅੰਡਰ ਆ ਜਾਂਦੇ ਜਿੱਦਾਂ ਬ੍ਰੈਂਪਟਨ ਇਹ ਸਾਰੇ ਹੈ ਨਾ ਇਹ ਰੀਜਨ ਦੇ ਅੰਦਰ ਪਾਏ ਹੋਏ ਨੇ ਜਿਹਨੇ ਐਪ ਡਿਵੈਲਪ ਕੀਤੀ ਆ ਉਸ ਤੋਂ ਬਾਅਦ ਮੌਂਟਰੀਅਲ ਕਾਰਪੂਲ ਮੌਂਟਰੀਅਲ ਨੂੰ ਜਾਣ ਵਾਲੇ ਲੋਕ ਕਿਤੋਂ ਵੀ ਜਾ ਰਹੇ ਨੇ ਬ੍ਰੈਂਪਟਨ ਤੋਂ ਜਾ ਰਹੇ ਨੇ ਜਾਂ ਫਿਰ ਨਾਇਗਰਾ ਕਾਰਪੂਲ ਆਟਵਾ ਕਾਰਪੂਲ ਸਕਾਰਬਰੋ ਕਾਰਪੂਲ ਵਿੰਡਸਰ ਕਾਰਪੂਲ ਸਰ ਆਪਾਂ ਬ੍ਰੈਂਪਟਨ 'ਚ ਰਹਿੰਦੇ ਜੀ ਆਪਾਂ ਕਿਚਨਰ ਵਾਟਰਲੂ ਵਾਲਾ ਆਪਸ਼ਨ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੇ ਹਾਂ ਇਹਦੇ ਵਿੱਚ ਮੈਂ ਖਜ਼ਾਨਾ ਜੋ ਤੁਸੀਂ ਕਿਚਨਰ ਵਾਟਰਲੂ ਵਾਲਾ ਆਪਸ਼ਨ ਖੋਲ੍ਹਦੇ ਉਹਦੇ ਵਿੱਚ ਉਹ ਦਿਖਾਉਂਦਾ ਵਾ ਵੀ ਬ੍ਰੈਂਪਟਨ ਟੂ ਗੋਲਫ ਜਾਣ ਵਾਲੀ ਬ੍ਰੈਂਪਟਨ ਟੂ ਕਿਚਨਰ ਜਾਣ ਵਾਲੀ ਬ੍ਰੈਂਟਫੋਰਡ ਟੂ ਕਿਚਨਰ ਗੋਲਫ ਟੂ ਬ੍ਰੈਂਪਟਨ ਵੀ ਕਿੱਥੋਂ ਕਿੱਥੋਂ ਜਾਂਦੇ ਰਹਿੰਦੇ ਇੱਕ ਨੀਚੇ ਆਪਸ਼ਨ ਆ ਜੀ ਕਿਚਨਰ ਟੂ ਬ੍ਰੈਂਪਟਨ ਜਿਹੜੇ ਲਾਈਕ ਕੌਨਸਟੋਗਾ ਕਾਲਜ ਵਗੈਰਾ ਰਹਿੰਦੇ ਆ ਹੈ ਨਾ ਅਤੇ ਉਹਨਾਂ ਨੇ ਬ੍ਰੈਂਪਟਨ ਆਉਣਾ ਵਾ ਤਾਂ ਤੁਸੀਂ ਆਹ ਰਾਈਡ 'ਤੇ ਕਲਿੱਕ ਕਰ ਲਓ ਤੁਸੀਂ ਦੇਖ ਲਓ ਵੀ ਪਹਿਲਾਂ ਹੀ ਐਡਸ ਪਈਆਂ ਹੋਈਆਂ ਨੇ ਲੋਕਾਂ ਨੇ ਪਾਈਆਂ ਹੋਈਆਂ ਨੇ ਵੀ ਮੈਂ 6 ਵਜੇ ਜਾਣਾ ਆਪਾਂ ਕੋਈ ਵੀ ਇਹ ਪੁਰਾਣੀ ਐਡਾਂ ਨੇ ਆਹ ਤੁਸੀਂ ਉਰੇ ਆਪਣੀ ਐਡ ਦਾ ਰਿਸਪੋਂਸ
ਟਾਈਮਿੰਗ ਆ, ਕਿਹੜੇ ਟਾਈਮ 'ਤੇ ਜਾਣਾ, ਬੁੱਕ ਕਰ ਸਕਦੇ ਹੋ ਤੁਸੀਂ। ਤੁਸੀਂ ਜਿਹੜੀ ਪੇਮੈਂਟ ਆ ਉਹ ਐਪ ਥਰੂ ਨਹੀਂ ਕਰਨੀ ਹੈਗੀ, ਪੇਮੈਂਟ ਤੁਸੀਂ ਉਹ ਬੰਦੇ ਨਾਲ ਨੈਗੋਸ਼ੀਏਟ ਵੀ ਕਰ ਸਕਦੇ ਹੋ ਜਿਹਦੇ ਨਾਲ ਵੀ ਕੋਂਟੈਕਟ ਕਰਨਾ। ਇਹ ਐਪ ਇੱਕ ਤੁਹਾਨੂੰ ਸਿਰਫ ਕੋਂਟੈਕਟ ਕਰਨ ਦਾ ਜ਼ਰੀਆ ਵਾ, ਤਾਂ ਉਹ ਬੰਦੇ ਨਾਲ ਤੁਸੀਂ ਆਪਣਾ ਜਿੱਦਾਂ ਇੰਟਰੈਕਟ ਕਰਨਾ ਜਾਂ ਉਹਨੂੰ ਕੈਸ਼ ਦੇਣਾ ਜਿਵੇਂ ਵੀ ਤੁਹਾਡਾ ਯਾਨੀ ਡੀਲ ਸੈਟਅਪ ਹੁੰਦੀ ਆ, ਪੂਰੇ ਸਿਰਫ ਉਹ ਪ੍ਰਾਈਸ ਉਹਨੇ ਪਾਇਆ ਵੀ ਮੈਂ ਇੰਨੇ ਡਾਲਰ ਦੇ ਵਿੱਚ ਰਾਈਡ ਦੇ ਰਿਹਾ ਵਾਂ। ਸੇਮ ਆਪਾਂ ਹੁਣ ਰਾਈਡ ਅਵੇਲੇਬਲ ਵਾਲੇ ਆਪਸ਼ਨ ਦੇ ਵਿੱਚ ਹੀ ਆ, ਮੈਂ ਦੁਬਾਰਾ ਖੋਲ ਕੇ ਦਿਖਾ ਦਿੰਦਾ ਤੁਹਾਨੂੰ। ਜੇ ਆਪਾਂ ਪਿੱਛੇ ਜਾਈਏ ਤਾਂ ਆਪਾਂ ਰਾਈਡ ਅਵੇਲੇਬਲ ਵਾਲੇ ਜਾਣਾ ਵੀ ਰਾਈਡ, ਜੇ ਤੁਸੀਂ ਐਜ਼ ਅ ਡਰਾਈਵਰ ਹੋ ਰਾਈਡ ਅਵੇਲੇਬਲ ਕੀਤੀ। ਇਹਦੇ ਵਿੱਚ ਹੁਣ ਆਪਾਂ ਮੌਂਟਰੀਅਲ 'ਚ ਜਿੱਦਾਂ ਬਹੁਤ ਸਟੂਡੈਂਟਸ ਮੌਂਟਰੀਅਲ ਦੇ ਉਰੇ ਰਹਿੰਦੇ ਆ ਜਾਂ ਇੱਧਰ ਕਰਦੇ ਰਹਿੰਦੇ ਆ, ਬ੍ਰੈਂਪਟਨ ਟੂ ਮੌਂਟਰੀਅਲ, ਮੌਂਟਰੀਅਲ ਇੰਟਰਾ ਸਿਟੀ ਕਾਰਪੂਲ, ਜਿਹੜੇ ਮੌਂਟਰੀਅਲ ਸਿਟੀ ਦੇ ਵਿੱਚ ਹੀ ਡਿਫਰੈਂਟ ਡਿਫਰੈਂਟ ਕਾਲਜਸ ਨੇ ਅਤੇ ਮੌਂਟਰੀਅਲ ਦੇ ਵਿੱਚ ਹੀ ਸਟੂਡੈਂਟ ਰਹਿੰਦੇ, ਉਹ ਇਹ ਆਪਸ਼ਨ ਯੂਜ਼ ਕਰ ਸਕਦੇ ਆ, ਉਰੋ ਆਪਣੀਆਂ ਰਾਈਡਾਂ ਪਾ ਸਕਦੇ। ਮੈਂ ਉਰੋ ਉਰੋ ਚੱਲਿਆ, ਜੇ ਕਿਸੇ ਨੂੰ ਰਾਈਡ ਚਾਹੀਦੀ ਆ ਤਾਂ ਮੈਨੂੰ ਕੋਂਟੈਕਟ ਕਰ ਲਿੱਤਾ ਜਾਵੇ। ਇਹਦੇ ਵਿੱਚ ਇੱਕ ਹੁਣ ਆਹ ਕੈਟੇਗਰੀ ਆ ਗਈ ਮੌਂਟਰੀਅਲ ਟੂ ਬ੍ਰੈਂਪਟਨ, ਤੁਸੀਂ ਇਹਨੂੰ ਕਲਿੱਕ ਕਰ ਲਓ ਜੀ। ਇਹਦੇ ਵਿੱਚ ਵੀ ਦੇਖੋ ਕੋਈ ਵੀ ਐਡ ਖੋਲੋ, ਇਹਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਕਾਲ ਵੀ ਕਰ ਸਕਦੇ ਹੋ ਬੰਦੇ ਨੂੰ, $35 ਜਿਹਨੇ ਵੀ ਪੋਸਟ ਪਾਈ ਹੋਈ ਆ ਵੀ $35 ਉਹ ਰਾਈਡ ਦੇ ਲਊਗਾ ਅਤੇ ਮੌਂਟਰੀਅਲ ਦੇ ਵਿੱਚੋਂ ਕਰੂਗਾ ਤੁਸੀਂ ਲੀਵਿੰਗ ਫਾਰ ਬ੍ਰੈਂਪਟਨ, ਵੀ ਮੌਂਟਰੀਅਲ ਤੋਂ ਚੱਲ ਰਿਹਾ ਵਾ। ਜੇ ਕਾਲ ਕਰਨੀ ਆ ਤੁਸੀਂ ਕਾਲ ਵਾਲੇ ਆਪਸ਼ਨ 'ਤੇ ਕਲਿੱਕ ਕਰੋ ਅਤੇ ਇੱਦਾਂ ਹੀ ਤੁਸੀਂ ਵੀ ਆਪਣੀ ਐਡ ਪਾ ਸਕਦੇ ਹੋ। ਜੇ ਤੁਸੀਂ ਮੌਂਟਰੀਅਲ ਤੋਂ ਬ੍ਰੈਂਪਟਨ ਜਾ ਰਹੇ ਹੋ ਹੈ ਨਾ, ਤਾਂ ਤੁਹਾਡੇ ਨਾਲ ਹੋਰ ਸਟੂਡੈਂਟਸ ਵੀ ਆਏ ਨੇ, ਇਹਦੇ ਵਿੱਚ $40 ਰੇਟ ਲਿਖਿਆ ਹੋਇਆ ਵਾ, ਲੋਕੇਸ਼ਨ ਮੌਂਟਰੀਅਲ, ਤੁਸੀਂ ਕਾਲ ਕਰ ਸਕਦੇ ਹੋ ਨਾ। ਤਾਂ ਇੱਦਾਂ ਡਿਫਰੈਂਟ ਕੈਟੇਗਰੀਜ਼ ਬਣਾਈਆਂ ਹੋਈਆਂ ਨੇ ਮੌਂਟਰੀਅਲ ਇੰਟਰਾ ਸਿਟੀ, ਜਿਸ ਤਰ੍ਹਾਂ ਮੌਂਟਰੀਅਲ ਦੇ ਵਿੱਚ ਹੀ ਘੁੰਮਣਾ। ਜੇ ਬ੍ਰੈਂਪਟਨ ਟੂ ਮੌਂਟਰੀਅਲ ਜਾ ਰਹੇ ਹੋ ਤਾਂ ਤੁਸੀਂ ਇੱਦਾਂ ਡਿਫਰੈਂਟ ਡਿਫਰੈਂਟ ਕਾਰਪੂਲਸ ਨੇ, ਤੁਹਾਡਾ ਕਾਲਜ ਕਿਤੇ ਵੀ ਹੋ ਸਕਦਾ ਵਾ, ਜਿੱਦਾਂ ਵਿੰਡਸਰ ਦਾ ਕਾਰਪੂਲ ਬਣਾਇਆ ਹੋਇਆ, ਸਕਾਰਬਰੋ ਦਾ, ਆਟਵਾ ਦਾ, ਨਾਇਗਰਾ ਜਿਹੜਾ ਨਾਇਗਰਾ ਕਾਲਜ ਆ ਗਿਆ ਨਾ, ਫਿਰ ਮੌਂਟਰੀਅਲ ਜਿਹੜਾ ਆਪਾਂ ਡਿਸਕਸ ਕੀਤਾ, ਮਿਸੀਸਾਗਾ, ਜਿੱਦਾਂ ਆਪਣੇ ਸਾਰੇ ਇੰਟਰਨਲ ਕਾਲਜਸ ਆ ਗਏ, ਬ੍ਰੈਂਪਟਨ, ਮਿਸੀਸਾਗਾ, ਇਹ ਜਿਹੜੇ ਨੇੜੇ ਕਾਲਜ ਨੇ ਸਾਰੇ ਹੈ ਨਾ, ਜਿੱਦਾਂ ਲੈਂਪਟਨ ਵਗੈਰਾ ਹੋ ਗਏ, ਫਿਰ ਲੰਡਨ ਦਾ ਕਾਰਪੂਲ ਬਣਾਇਆ ਹੋਇਆ ਕਿਚਨਰ, ਵਾਟਰਲੂ, ਕੌਨਸਟੋਗਾ ਕਾਲਜ ਵਾਸਤੇ ਅਤੇ ਹੈਮਿਲਟਨ ਦਾ। ਉਹ ਵਾਲਾ ਲੈਂਸ ਜੀ ਥੋੜ੍ਹਾ ਬਲਰ ਹੋਈ ਜਾ ਰਿਹਾ ਸੀਗਾ ਬਾਰ ਬਾਰ। ਇਹਦੇ ਵਿੱਚ ਦੋ ਆਪਸ਼ਨ ਨੇ, ਨੀਡ ਆ ਰਾਈਡ, ਜੇ ਤੁਹਾਨੂੰ ਰਾਈਡ ਚਾਹੀਦੀ ਹੈ ਤਾਂ ਸੀਗਾ ਡਰਾਈਵਰਸ ਵਾਸਤੇ ਨਾ, ਜਿਨ੍ਹਾਂ ਨੇ ਪੋਸਟ ਕਰਨੀ ਹੈ ਐਡ ਵੀ ਮੈਂ ਉਰੋ ਤੁਰੇ ਜਾ ਰਿਹਾ, ਤਾਂ ਨੀਡ ਆ ਰਾਈਡ ਵਾਲਾ ਆਪਸ਼ਨ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ। ਜਦੋਂ ਇਹ ਆਪਸ਼ਨ ਖੋਲੋਗੇ ਤੁਹਾਨੂੰ ਫਿਰ ਬਹੁਤ ਸਾਰੀਆਂ ਕੈਟੇਗਰੀਜ਼ ਮਿਲ ਜਾਣਗੀਆਂ ਵੀ ਤੁਸੀਂ ਕਿੱਥੋਂ ਤੋਂ ਕਿੱਥੇ ਦੀ ਰਾਈਡ ਚਾਹੁੰਦੇ ਹੋ। ਜਿੱਦਾਂ ਫੋਰ ਐਗਜ਼ਾਮਪਲ ਆਪਾਂ ਬ੍ਰੈਂਪਟਨ ਟੂ ਮੌਂਟਰੀਅਲ ਜਾਣਾ ਚਾਹੁੰਦੇ ਹਾਂ ਤਾਂ ਆਪਾਂ ਇਹਦੇ ਵਿੱਚ ਮੌਂਟਰੀਅਲ ਕਾਰਪੂਲ ਸਿਲੈਕਟ ਕਰਾਂਗੇ, ਮੌਂਟਰੀਅਲ, ਬ੍ਰੈਂਪਟਨ ਟੂ ਮੌਂਟਰੀਅਲ ਨੂੰ ਖੋਲੋਗੇ। ਆਹ ਲੋਕਾਂ ਨੇ ਪਹਿਲਾਂ ਐਡਾਂ ਪਾਈਆਂ ਹੋਈਆਂ ਨੇ ਵੀ ਮੈਂ ਉਰੋ ਤੁਰੇ ਜਾਣਾ, ਤਾਂ ਡਰਾਈਵਰਸ ਨੇ ਜਿਹੜੇ ਉਹ ਐਡ ਦੇਖ ਕੇ ਵੀ ਕੋਂਟੈਕਟ ਕਰ ਸਕਦੇ ਆ ਬੰਦੇ ਨੂੰ ਵੀ। ਤੁਹਾਡੀ ਮੈਂ ਐਡ ਦੇਖੀ ਸੀ, ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਡਰਾਈਵਰ ਹੋ ਨਾ, ਤੁਸੀਂ ਆਪਣੀ ਤੁਹਾਡੀ ਗੱਡੀ ਆ ਅਤੇ ਤੁਸੀਂ ਵੀ ਇੱਧਰ ਨੂੰ ਜਾਣਾ ਸੀਗਾ, ਫਿਰ ਤੁਸੀਂ ਦੇਖੋਗੇ ਵੀ 5 ਵਜੇ ਦੀ ਕਿਸੇ ਬੰਦੇ ਨੇ ਰਾਈਡ ਮੰਗੀ ਹੋਈ ਆ, ਨੀਡ ਆ ਰਾਈਡ ਫੋਰ 5 PM ਕਲਾਸ ਹੈ ਨਾ, ਉਹਦੇ ਵਿੱਚ ਕੋਂਟੈਕਟ ਨੰਬਰ ਆ, ਉਹਨਾਂ ਦੀ ਈਮੇਲ ਆ, ਡਾਲਰ ਦੱਸੇ ਨੇ, ਮੈਂ ਇੰਨੇ ਪੇ ਕਰ ਸਕਦਾ ਵਾ, ਉਹਨੇ ਆਪਣੀ ਲੋਕੇਸ਼ਨ ਦੱਸੀ ਆ ਵੀ ਤੁਸੀਂ ਮੈਨੂੰ ਉਰੋਂ ਪਿੱਕ ਕਰਕੇ ਲੈ ਕੇ ਜਾ ਸਕਦੇ ਹੋ। ਨੀਚੇ ਦਿਨ ਦੱਸਿਆ ਹੋਇਆ ਵਾ, ਟਾਈਮਿੰਗ ਦੱਸੀ ਹੋਈ ਆ ਵੀ ਇੰਨੇ ਤੋਂ ਇੰਨੇ ਹੈ ਨਾ। ਤਾਂ ਇੱਦਾਂ ਤੁਸੀਂ ਆਪਣੀ ਜੇ ਕਿਸੇ ਨੇ ਰਾਈਡ ਪਾਉਣੀ ਆ, ਤੁਸੀਂ ਉਰੇ ਆਪਣੀ ਪੋਸਟ ਕਰ ਸਕਦੇ ਹੋ ਵੀ ਮੈਨੂੰ ਰਾਈਡ ਚਾਹੀਦੀ ਆ ਇੱਥੇ ਤੋਂ ਇੱਥੇ ਚਾਹੀਦੀ ਆ, ਅਤੇ ਜਦੋਂ ਕੋਈ ਡਰਾਈਵਰ ਵੀ ਉੱਧਰ ਨੂੰ ਜਾ ਰਿਹਾ ਹੋਊਗਾ ਉਹ ਆਊਗਾ ਕਾਰਪੂਲ ਦੇ ਵਿੱਚ, ਦੇਖੂਗਾ ਵੀ ਹੈਮਿਲਟਨ ਖੋਲਿਆ, ਅੱਛਾ ਕਿਚਨਰ ਜਾਣਾ ਤਾਂ ਮੈਂ ਦੇਖਦਾ ਵੀ ਮੈਂ ਕਿਚਨਰ 'ਚ ਕਿਸੇ ਨੇ ਐਡ ਪਾਈ ਹੋਈ ਆ, ਹੁਣ ਇਹ 'ਚ ਕਿਸੇ ਨੇ ਨਹੀਂ ਪਾਈ ਹੋਈ, ਰਾਈਟ। ਤਾਂ ਇੱਦਾਂ ਆਪਾਂ ਜਿਵੇਂ ਦੂਰ ਕਾਲਜ ਪੜ੍ਹਦੇ ਹਾਂ ਜਾਂ ਦੂਰ ਕਿਤੇ ਜਾਣਾ ਵਾ, ਤਾਂ ਆਪਾਂ ਇਹ ਐਪ ਖੋਲ੍ਹ ਕੇ ਜਿੰਨੇ ਇਹਦੇ ਵਿੱਚ ਰੀਜਨ ਨੇ ਆਪਾਂ ਚੈੱਕ ਕਰ ਸਕਦੇ ਹਾਂ ਵੀ ਯਾਰ ਕੋਈ ਜਾ ਰਿਹਾ ਵਾ, ਇਨਸਟੈਡ ਆਫ ਆਪਾਂ ਨੂੰ ਖਰੀਦੀ 'ਤੇ ਪੋਸਟ ਕਰਨੀ ਪੈਂਦੀ ਆ, ਇੱਕ ਸੈਪਰੇਟ ਮੀਡੀਆ ਬਣਾਤਾ। ਅਤੇ ਹਾਲੇ ਇੱਕ ਨਵੀਂ ਐਪ ਆ, ਤੁਸੀਂ ਸਾਰੇ ਉੱਤੇ ਸਾਈਨ ਇਨ ਕਰੋ, ਲੌਗਇਨ ਕਰੋ, ਜਦੋਂ ਇੱਕ ਵਾਰੀ ਸਾਰੇ ਵਧੀਆ ਯੂਜ਼ ਕਰਨ ਲੱਗ ਗਏ ਤਾਂ ਇਹ ਐਪ ਦਾ ਆਪਾਂ ਨੂੰ ਇਨ ਫਿਊਚਰ ਦੇ ਵਿੱਚ ਬਹੁਤ ਬੈਨੀਫਿਟ ਹੋਜੂਗਾ, ਮੋਸਟਲੀ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਹੜੇ ਦੂਰ ਪੜ੍ਹਦੇ ਆ, ਜਿੱਦਾਂ ਬ੍ਰੈਂਪਟਨ ਰਹਿੰਦੇ ਆ, ਮੌਂਟਰੀਅਲ ਪੜ੍ਹਦੇ ਆ, ਬ੍ਰੈਂਪਟਨ ਰਹਿੰਦੇ ਆ, ਕੋਨਸਟੋਗਾ ਪੜ੍ਹਦੇ ਆ ਹੈ ਨਾ, ਜਾਂ ਨਾਇਗਰਾ ਪੜ੍ਹਦੇ ਆ, ਲੰਡਨ ਪੜ੍ਹਦੇ ਆ ਅਤੇ ਹੋਰ ਰਹਿੰਦੇ ਆ, ਅਤੇ ਆਲਸੋ ਉਹਨਾਂ ਸਟੂਡੈਂਟਸ ਵਾਸਤੇ ਵੀ ਜਾਂ ਉਹਨਾਂ ਬੰਦਿਆਂ ਵਾਸਤੇ ਵੀ ਜਿਨ੍ਹਾਂ ਨੇ ਆਲਰੇਡੀ ਕਾਰ ਲਈ ਹੋਈ ਆ ਅਤੇ ਉਹ ਰੋਜ਼ ਉੱਧਰ ਨੂੰ ਡਰਾਈਵ ਕਰਦੇ ਹੀ ਆ, ਤਾਂ ਉਹਨਾਂ ਦੀ ਗੈਸ ਮਨੀ ਵਗੈਰਾ, ਉਹਨਾਂ ਦੀਆਂ ਇੰਸਟਾਲਮੈਂਟਸ, ਇੰਸ਼ੋਰੈਂਸ, ਸਾਰਾ ਕੁਝ ਨਿਕਲ ਆਊਗਾ ਜੇ ਉਹ ਐਪ ਯੂਜ਼ ਕਰਨਗੇ। ਆਪਾਂ ਨੀਡ ਆ ਰਾਈਡ ਦੇ ਵਿੱਚ ਹੀ ਦੁਬਾਰਾ ਇੱਕ ਵਾਰ ਮੈਂ ਦਿਖਾ ਦਿੰਦਾ ਤੁਹਾਨੂੰ, ਫਿਰ ਆਪਾਂ ਨੀਡ ਆ ਰਾਈਡ ਕਰਨੀ ਆ ਜਦੋਂ ਤੁਸੀਂ ਚਾਹੀਦੀ ਆ ਤੁਹਾਨੂੰ ਰਾਈਡ ਚਾਹੀਦੀ ਆ, ਫਿਰ ਤੁਸੀਂ ਜਿੱਦਾਂ ਮੰਨ ਲਓ ਕਿਚਨਰ ਟੂ ਵਾਟਰਲੂ ਕੈਟੇਗਰੀ ਆਪਾਂ ਇਹਨੂੰ ਸਿਲੈਕਟ ਕਰ ਲੈਂਦੇ ਹਾਂ ਵੀ ਕਿਚਨਰ ਟੂ ਵਾਟਰਲੂ ਜਾਣਾ ਵਾ ਤੁਸੀਂ, ਹੈ ਨਾ, ਤਾਂ ਬ੍ਰੈਂਪਟਨ ਟੂ ਕਿਚਨਰ ਕੈਟੇਗਰੀ, ਮੈਂ ਬ੍ਰੈਂਪਟਨ ਰਹਿਣਾ ਕੋਨਸਟੋਗਾ ਪੜ੍ਹਦਾ, ਉਹਨੇ ਲਿਖਿਆ ਵੀ ਆਹ ਐਡਾਂ ਪਾਈਆਂ ਹੋਈਆਂ ਡਿਫਰੈਂਟ ਡਿਫਰੈਂਟ ਹੈ ਨਾ, ਤਾਂ ਚਲੋ ਆਹ ਐਡ ਖੋਲ ਲੈਂਦੇ। ਇਹਦੇ ਵਿੱਚ ਲਿਖਿਆ ਨੀਡ ਰਾਈਡ ਫੋਰ 3 PM ਕਿੱਥੇ ਲਈ ਚਾਹੀਦੀ ਹੈ ਮੈਨੂੰ, ਕੋਨਸਟੋਗਾ ਕੈਂਪਸ ਲਈ ਚਾਹੀਦੀ ਹੈ ਰਾਈਡ, ਆਹ ਨੰਬਰ ਦਿੱਤਾ ਹੋਇਆ ਇਹਨਾਂ ਨੂੰ ਕਾਲ ਵੀ ਮੈਨੂੰ ਕਾਲ ਕਰੋ ਜੇ ਕੋਈ ਉੱਧਰ ਨੂੰ ਜਾ ਰਿਹਾ ਵਾ, ਈਮੇਲ ਦਿੱਤੀ ਹੋਈ ਆ, ਪੈਸੇ 'ਤੇ ਵੀ ਮੈਂ $15 ਪੇ ਕਰ ਸਕਦਾ ਵਾਂ, ਥੱਲੇ ਐਡਰੈਸ ਦਿੱਤਾ ਵੀ ਮੈਨੂੰ ਉਰੋਂ ਪਿੱਕ ਕਰੋ, ਛੱਡਣਾ ਕਿੱਥੇ ਆ, ਕੋਨਸਟੋਗਾ ਕਾਲਜ, ਹੈ ਨਾ। ਤਾਂ ਇੱਦਾਂ ਇਹ ਸਾਰੀ ਐਪ ਤੁਸੀਂ ਇੱਕ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹੋ, ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦਿੱਤੀਆਂ
ਕੰਟੈਕਟ ਕਰੋ। ਤੇ ਆਲਸੋ ਜੇ ਤੁਸੀਂ ਕੋਈ ਨਵੀਂ ਕੈਟੇਗਰੀ ਪਵਾਉਣਾ ਚਾਹੁੰਦੇ ਹੋ ਨਾ ਜਾਂ ਕੋਈ ਸੁਜੈਸ਼ਨ ਆ ਤੁਹਾਡਾ, ਤੁਸੀਂ ਉਰੇ ਜਾ ਕੇ ਸੁਜੈਸਟ ਕਰ ਸਕਦੇ ਹੋ। ਐਪ ਨੂੰ ਡਾਊਨਲੋਡ ਕਰੋ ਜੀ, ਆਹ ਟਟੋਰੀਅਲ ਵੀ ਦੇਖੋ, ਇਹਨਾਂ ਨੇ ਦਿੱਤਾ ਹੋਇਆ ਵੀ ਐਪ ਨੂੰ ਤੁਸੀਂ ਕਿਵੇਂ ਯੂਜ਼ ਕਰਨਾ ਵਾ, ਇਹ ਵੀ ਮੈਂ ਵੀਡੀਓ ਦੇ ਐਂਡ ਦੇ ਵਿੱਚ ਪਾ ਦੂੰਗਾ। ਜਾਂ ਤੁਸੀਂ ਜਦੋਂ ਐਪ ਡਾਊਨਲੋਡ ਕਰ ਲਈ, ਇੰਸਟਾਲ ਕਰ ਲਈ, ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕਿਵੇਂ ਹੈ ਨਾ ਐਪ ਚਲਾਉਣੀ ਆ। ਮੈਂ ਤੁਹਾਨੂੰ ਇੱਕ ਤਰੀਕੇ ਨਾਲ ਦੱਸ ਵੀ ਦਿੱਤਾ ਅਤੇ ਐਂਡ 'ਤੇ ਮੈਂ ਵੀ ਮੈਨਸ਼ਨ ਕਰਦਾ ਵੀ ਇਹ ਐਪ ਦੀ ਸਬਸਕ੍ਰਿਪਸ਼ਨ ਫੀਸ ਆ ਆਲਮੋਸਟ $5, $4.99। ਅਤੇ ਜੇ ਤੁਸੀਂ ਇਹਦਾ ਲਾਈਕ ਇੱਕ ਸਾਲ ਦੀ ਮੈਂਬਰਸ਼ਿਪ ਲੈਣੀ ਆ ਤਾਂ ਉਹ ਹੈਗੀ ਆ $40 ਦੀ। ਤਾਂ ਪਰ ਜੇ ਤੁਸੀਂ ਐਪ ਯੂਜ਼ ਕਰਨ ਲੱਗ ਜਾਂਦੇ ਹੋ ਅਤੇ ਤੁਹਾਨੂੰ ਸਾਰਾ ਕੁਛ ਵਧੀਆ ਰਿਸਪੋਂਸ ਹੁੰਦਾ ਤਾਂ $4 ਮਹੀਨੇ ਦੇ ਕੁਛ ਨਹੀਂ ਹੈਗੇ। ਇਨਸਟੈਡ ਆਫ ਪੇਇੰਗ ਵੇ ਮੋਰ ਔਨ ਜਿਹੜੀਆਂ ਬੱਸਾਂ ਬੁੱਸਾਂ ਹੋ ਗਈਆਂ ਅਤੇ ਇੰਨਾ ਬੰਦੇ ਨੂੰ ਤਕਲੀਫ ਝੱਲਣੀ ਪੈਂਦੀ ਆ। ਉੱਪਰੋਂ ਜੀ ਤੁਸੀਂ ਐਪ ਦੇ ਥਰੂ ਕੁਛ ਪੇ ਵੀ ਨਹੀਂ ਕਰ ਰਹੇ ਹੈਗੇ ਤਾਂ ਤੁਸੀਂ ਡਰਾਈਵਰ ਹੋ ਤਾਂ ਆਪਣੀ ਸਵਾਰੀ ਨਾਲ ਨੈਗੋਸ਼ੀਏਟ ਕਰ ਸਕਦੇ ਹੋ। ਜੇ ਤੁਸੀਂ ਆਪਣੇ ਲਾਈਕ ਐਜ਼ ਅ ਸਟੂਡੈਂਟ ਹੋ, ਤੁਸੀਂ ਕੋਈ ਗੱਡੀ ਬੁੱਕ ਰਹੇ ਤਾਂ ਤੁਸੀਂ ਉਹਨਾਂ ਨਾਲ ਨੈਗੋਸ਼ੀਏਟ ਕਰ ਸਕਦੇ ਹੋ ਹੈ ਨਾ, ਕਿਉਂਕਿ ਤੁਸੀਂ ਸਿੱਧਾ ਇੰਟਰੈਕਟ ਜਾਂ ਉਹਨਾਂ ਨੂੰ ਕੈਸ਼ 'ਚ ਜਿੱਦਾਂ ਮਰਜ਼ੀ ਜਿੱਦਾਂ ਲਾਈਕ ਤੁਸੀਂ ਪੇ ਕਰਨਾ ਵਾ ਅਤੇ ਉਹਨਾਂ ਦਾ ਆਪਣਾ ਸਿਸਟਮ ਹੋਊਗਾ ਵੀ ਉਹ ਕਿਵੇਂ ਹੈਂਡਲ ਕਰਦੇ ਆ। ਸੋ ਇਹਦੀ ਮੰਥਲੀ ਸਬਸਕ੍ਰਿਪਸ਼ਨ ਆ $4.99 ਦੀ, ਤੁਸੀਂ ਸਾਲ ਦੀ ਲੈ ਸਕਦੇ $40। ਪਰ ਓਵਰਆਲ ਇਹਦਾ ਇੰਨਾ ਜ਼ਿਆਦਾ ਬੈਨੀਫਿਟ ਆ ਵੀ ਲਾਈਕ ਤੁਹਾਨੂੰ ਪਤਾ ਹੀ ਆ, ਜੋ ਹੁਣ ਦੂਰ ਨੂੰ ਜਾਣਾ ਹੋਵੇ ਕਿਤੇ ਤਾਂ ਇੰਨਾ ਤਾਂ ਕਿਰਾਇਆ ਹੀ ਲੱਗ ਜਾਂਦਾ ਵਾ, ਕਿੰਨਾ ਜ਼ਿਆਦਾ ਵੱਧ ਕਿਰਾਇਆ ਲੱਗਦਾ ਤਾਂ, ਪਰ ਇਹ ਐਪ ਤੁਹਾਡੀ ਲਾਈਫ ਬਹੁਤ ਈਜ਼ੀ ਕਰ ਦੂਗੀ। ਤਾਂ ਇਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਵਾ ਅਤੇ ਕਮੈਂਟ ਦੇ ਵਿੱਚ ਪਿਆ। ਤਾਂ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੁਹਾਨੂੰ। ਇਹ ਮੈਨੂੰ ਇੱਕ ਮੁੰਡੇ ਨੇ ਭੇਜੀ ਸੀ ਐਪ, ਉਹਨੇ ਨਵੀਂ ਐਪ ਬਣਾਈ ਆ ਅਤੇ ਕਿਉਂਕਿ ਉਹ ਵੀ ਇਹ ਗੋ ਥਰੂ ਹੋਇਆ ਵਾ, ਉਹਨੂੰ ਬਹੁਤ ਪ੍ਰੋਬਲਮ ਆਈ ਆ, ਤਾਂ ਉਹਨੇ ਇੱਕ ਐਪ ਬਣਾਤੀ, ਇੱਕ ਡੈਡੀਕੇਟਡ ਮੀਡੀਅਮ ਕਰਤਾ ਜਿਹਦੇ ਥਰੂ ਤੁਸੀਂ ਇਹ ਰਾਈਡਸ ਵਗੈਰਾ ਬੁੱਕ ਕਰ ਸਕਦੇ ਹੋ। ਤਾਂ ਆਪਾਂ ਜੀ ਮਿਲਦੇ ਅਗਲੀ ਵੀਡੀਓ ਦੇ ਵਿੱਚ। ਲਵ ਯੂ, ਟੇਕ ਕੇਅਰ ਅਤੇ ਬਾਏ।